ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੁਆਇਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ, ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਸ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਆਪਣਾ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ। ਕਿਸੇ ਵੀ ਮੈਥਡ ਨਾਲ ਤੁਸੀਂ ਔਨਲਾਈਨ ਪੇਮੈਂਟ ਪਾ ਸਕਦੇ ਹੋ। ਤੁਸੀਂ ਆਪਣਾ ਆਰਡਰ ਕਿਵੇਂ ਪਲੇਸ ਕਰਨਾ ਹੈ ਕਿ ਆਪਣਾ ਸਕਰੀਨ ਦੇ ਉੱਪਰ ਇੱਕ ਨੰਬਰ ਚੱਲ ਰਿਹਾ, ਤੁਸੀਂ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦੇਣਾ। ਤੁਹਾਨੂੰ ਇੱਕ ਨੰਬਰ ਦੇਵਾਂਗੇ, ਤੁਸੀਂ ਔਨਲਾਈਨ ਪੇਮੈਂਟ ਕਰਨੀ ਹੈ, ਐਡਰੈਸ ਭੇਜਣਾ ਤੇ ਸੂਟ ਤੁਹਾਡੇ ਘਰ ਪਹੁੰਚ ਜਾਊਗਾ। ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਇੰਨੇ ਜ਼ਿਆਦਾ ਸੋਹਣੇ ਸੂਟ ਨੇ ਹੁਣ ਵਰਕ ਵਾਲੇ, ਇੰਨੇ ਜ਼ਿਆਦਾ ਸਫਾਈ ਵਾਲਾ ਕੰਮ ਹੋਊਗਾ, ਬਹੁਤ ਹੀ ਜ਼ਿਆਦਾ। ਠੀਕ ਹੈ ਜੀ, ਅਤੇ ਇੰਚੀ ਟੇਪ ਲੈ ਲੈਂਦੇ ਆਪਾਂ, ਫਿਰ ਆਪਾਂ ਨੂੰ ਆਹ ਮਿਣ ਕੇ ਦੇਣਾ ਸੌਖਾ ਹੋ ਜਾਊਗਾ, ਸੌਖਾ ਰਹਿੰਦਾ, ਫਿਰ ਬਾਅਦ 'ਚ ਪੁੱਛਦੇ ਹਾਂ ਨੀ। ਇੰਚੀ ਟੇਪ ਗਵਾਚ ਗਿਆ, ਮਿਲ ਗਿਆ ਜੀ, ਮਿਲ ਗਿਆ। ਲਓ ਜੀ, ਪਹਿਲਾ ਹੀ ਸੂਟ ਹੈਗਾ ਜਿਹੜਾ ਉਹ ਬਣਿਆ ਹੋਇਆ ਜੀ ਚਨੂਨ ਕੱਪੜੇ ਤੇ, ਚੈੱਕ ਦੇ ਵਿੱਚ ਹੈਗਾ, ਬਹੁਤ ਜ਼ਿਆਦਾ ਫਾਈਨ ਸਟੱਫ ਹੈ, ਬਹੁਤ ਜ਼ਿਆਦਾ। ਠੀਕ ਹੈ ਜੀ, ਤੇ ਵਰਕ ਹੈਗਾ ਜਿਹੜਾ ਇਸ ਤਰ੍ਹਾਂ ਦਾ ਹੋਇਆ ਹੋਇਆ ਇਹਦੇ ਤੇ ਪਰ ਸਿੰਗਲ ਟਾਂਕੇ ਦਾ ਕੰਮ ਹੋਇਆ, ਤੁਸੀਂ ਦੇਖ ਲਓ ਨੇੜੇ ਤੋਂ ਦਿਖਾ। ਲਓ ਜੀ, ਆਪਾਂ ਹੁਣ ਨਾਪ ਦਿੰਦੇ ਹਾਂ ਇਹਦਾ ਘੇਰਾ, ਘੇਰਾ ਰਹੂਗਾ ਜੀ 23 ਇਹਦਾ। ਠੀਕ ਹੈ, 23, 23.5 ਤੱਕ, 23.5 ਤੱਕ ਜਾ ਸਕਦਾ। ਤੇ ਵਰਕ ਬਹੁਤ ਜ਼ਿਆਦਾ ਫਾਈਨ ਹੋਇਆ ਵਿਆ, ਇੰਨਾ ਜ਼ਿਆਦਾ ਸਫਾਈ ਨਾਲ ਵਰਕ ਹੋਇਆ, ਬਸ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਤੇ ਅਨੀਅਨ ਸ਼ੇਡ ਦਾ ਸੂਟ ਹੈ, ਪਰ ਇਹਦੇ ਵਿੱਚ ਥੋੜ੍ਹਾ ਜਿਹਾ ਕਲਰ ਹੋਰ ਆ ਰਿਹਾ। ਤੁਹਾਨੂੰ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ, ਬਹੁਤ ਜ਼ਿਆਦਾ ਫਾਈਨ ਵਰਕ ਹੋਇਆ ਵਿਆ। ਤੁਹਾਨੂੰ ਇਹਦੇ 'ਚ ਕਲਰ ਬਿਲਕੁਲ ਹੀ ਡਿਫਰੈਂਟ ਦਿਖ ਰਿਹਾ, ਜਾਮਣੀ ਜਿਹਾ ਦਿਖ ਰਿਹਾ, ਪਰ ਬਿਲਕੁਲ ਅਨੀਅਨ ਸ਼ੇਡ ਆਹ ਵਾਲਾ, ਇਹ ਇੱਥੇ ਕਾ ਗਿਆ ਹੈ ਨਾ ਤਕਰੀਬਨ, ਆਹ ਵਾਲਾ ਕਲਰ ਹੈ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ, ਇਹ ਸਹੀ ਕਲਰ ਦੇਖ ਰਹੇ ਹੋ ਤੁਸੀਂ। ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ, ਬਾਜੂ ਦਾ ਵਰਕ ਵੀ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਔਰ ਬਹੁਤ ਸਫਾਈ ਨਾਲ ਹੋਇਆ ਹੋਇਆ। ਤੇ ਪ੍ਰਾਈਸ ਰੇਂਜ ਰਹੂਗੀ ਇੰਨੇ ਜ਼ਿਆਦਾ ਸੋਹਣੇ ਸੂਟ ਦੀ ਸਿਰਫ 2050 ਰੁਪਏ, 2050 ਦੇ ਵਿੱਚ ਇਹ ਬਹੁਤ ਫਾਈਨ ਸਟੱਫ ਤੇ ਫਾਈਨ ਜਿਹਾ ਵਰਕ ਤੁਹਾਨੂੰ ਮਿਲ ਜਾਣਾ, ਤੇ ਸ਼ਿਪਿੰਗ ਤੁਸੀਂ ਕੋਈ ਨਹੀਂ ਦੇਣੀ। ਠੀਕ ਹੈ ਜੀ, ਅਗਲਾ ਜਿਹੜਾ ਸੂਟ ਰਹੂਗਾ ਉਹ ਵੀ ਹੈਗਾ ਪੈਚ ਵਰਕ ਦਾ ਸੂਟ ਹੈ, ਔਰਗੈਂਜ਼ਾ ਲੱਗ ਕੇ ਪੈਚ ਲੱਗਿਆ ਹੋਇਆ। ਲੋ ਕਲਰ ਬਹੁਤ ਪਿਆਰਾ ਹੈ, ਡਿਫਰੈਂਟ ਜਿਹਾ ਸ਼ੇਡ ਹੈ। ਲੋ ਜੀ, ਸੀ ਗ੍ਰੀਨ ਟਾਈਪ ਜਿਹਾ ਲੱਗ ਰਿਹਾ, ਇੰਨਾ ਜ਼ਿਆਦਾ ਸੈਮੀ ਚਨੋਨ, ਸੋਰੀ ਸੈਮੀ ਕਰੇਪ ਹੈਗਾ ਜਿਹੜਾ ਸਟੱਫ ਹੈ ਇਹਦਾ, ਇਹ ਲੱਗਿਆ ਹੋਇਆ ਜੀ ਔਰਗੈਂਜ਼ਾ ਲੱਗ ਕੇ, ਉੱਪਰ ਵਰਕ ਹੋਇਆ ਹੋਇਆ ਤੇ ਵਰਕ ਦੀ ਸਫਾਈ ਤਾਂ ਤੁਹਾਨੂੰ ਦੇਖ ਹੀ ਰਹੀ ਹੈ, ਕਿਸੇ ਕਿਸਮ ਦੀ ਕੋਈ ਕਮੀ ਨਹੀਂ ਮਿਲੂਗੀ ਤੁਹਾਨੂੰ ਸੂਟ ਦੇ ਵਿੱਚ। ਤੇ ਕਲਰ ਦੇਖ ਲਓ, ਸਹੀ ਆ ਰਿਹਾ, ਕਿੱਥੇ ਸਹੀ ਆ ਰਿਹਾ, ਸਹੀ ਆ ਰਿਹਾ ਹੁਣ ਜਿੱਥੇ ਤੁਸੀਂ ਦੇਖ ਰਹੇ ਹੋ, ਬਹੁਤ ਬਿਲਕੁਲ ਸਹੀ ਦੇਖ ਰਹੇ ਹੋ। ਤੇ ਹੁਣ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਇਹਦਾ ਬਾਜੂ ਦਾ ਵਰਕ, ਲਓ ਇਹ ਵੀ ਜੀ ਔਰਗੈਂਜ਼ਾ ਲੱਗ ਕੇ ਉੱਪਰ ਵਰਕ ਹੋਇਆ ਵਾ, ਪੈਚ ਵਰਕ ਦਾ ਕੰਮ ਹੈ, ਤੇ ਕੰਮ ਤਾਂ ਬਸ ਐਂ ਲਾ ਲਓ ਤੁਸੀਂ ਵੀ ਜਿਵੇਂ ਪੇਂਟ ਹੋਇਆ ਹੁੰਦਾ, ਇੰਨਾ ਸੋਹਣਾ ਕੰਮ ਹੋਇਆ ਹੋਇਆ। ਠੀਕ ਹੈ, ਬਹੁਤ ਹੀ ਜ਼ਿਆਦਾ ਸਫਾਈ ਹੈ। ਤੇ ਪ੍ਰਾਈਸ ਰੇਂਜ ਇਹ ਸੋਹਣੇ ਜਿਹੇ ਸੂਟ ਦੀ ਰਹੂਗੀ 2000 ਰੁਪਏ, 2000 ਦੇ ਵਿੱਚ ਇਹ ਬਹੁਤ ਪਿਆਰਾ ਜਿਹਾ ਸੂਟ ਤੁਹਾਨੂੰ ਮਿਲ ਜਾਣਾ, ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ। ਲਓ ਜੀ, ਅਗਲਾ ਸੂਟ ਹੈਗਾ ਜੋਰਜਟ ਤੇ ਬਣਿਆ ਹੋਇਆ, ਬਹੁਤ ਵਧੀਆ ਜੋਰਜਟ ਲੱਗੀ ਹੋਈ ਹੈ ਔਰ ਇੰਨਾ ਬਰੀਕ ਆਰੀ ਵਰਕ ਦਾ ਕੰਮ ਹੋਇਆ ਇਹਦੇ ਤੇ, ਬਸ ਪੁੱਛੋ ਹੀ ਨਾ, ਇਹ ਤਾਂ ਤੁਹਾਨੂੰ ਦਿਖ ਜੂਗਾ। ਦੇਖੋ ਜੀ, ਚੀਜ਼ ਜਿਹੜਾ ਕੰਮ ਹੁੰਦਾ ਉਹਦਾ ਬੋਲਦਾ ਹੁੰਦਾ, ਪਤਾ ਲੱਗ ਹੀ ਜਾਂਦਾ ਉਹਦਾ ਤਾਂ, ਹੈ ਨਾ ਵੀ ਕਿੰਨੀ ਸਫਾਈ ਆ ਔਰ ਕਿੰਨਾ ਬਰੀਕੀ ਨਾਲ ਕੰਮ ਹੋਇਆ। ਤੁਸੀਂ ਐਂ ਦੇਖੋ, ਆਹ ਦੇਖੋ ਕਿੰਨੀ ਬਰੀਕ ਪੈਨਲ ਤੇ ਆਹ ਚੀਜ਼ ਆ ਜਿਹੜੀ ਕਿੰਨੀ ਬਰੀਕ ਹੈ ਇਹਦੇ ਵਿੱਚ, ਆਹ ਪੈਨਲ ਆ ਜਿਹੜੇ ਬਹੁਤ ਜ਼ਿਆਦਾ ਬਰੀਕ ਆਰੀ ਵਰਕ ਹੋਇਆ ਹੋਇਆ, ਬਹੁਤ ਜ਼ਿਆਦਾ ਫਾਈਨ।
ਲਓ ਹੁਣ ਫਰੰਟ ਤੋਂ ਦੇਖ ਲਓ ਸਾਹਮਣੇ ਤੋਂ। ਤਿੰਨ ਇਹਦੇ ਵਿੱਚ ਫਲਾਵਰ ਬਣੇ ਹੋਏ ਨੇ ਪੈਨਲ ਦੇ ਵਿੱਚ, ਤੇ ਮੈਂ ਤੁਹਾਨੂੰ ਇਹ ਨਾਪ ਕੇ ਦੱਸਦੀ ਹਾਂ ਲੈਂਥ ਇਹਦੀ। ਲੋ ਜੀ 45 ਹੈ ਲੈਂਥ, ਤੁਸੀਂ ਕੱਟ ਸਕਦੇ ਹੋ 45 ਦੀ ਵੀ, ਸਵਾ 45 ਹੈ, ਜੇ ਤੁਹਾਨੂੰ ਲੰਬੀ ਲੱਗੇ ਤੁਸੀਂ ਕੱਟ ਸਕਦੇ ਹੋ। ਤੇ ਹੁਣ ਮੈਂ ਤੁਹਾਨੂੰ ਕੱਟੀ ਜਾਊਗੀ ਬਾਜੂ, ਹਾਂ ਕੱਟੀ ਜਾਊਗੀ, ਕਾਫੀ ਹੈ ਨੀਚੇ ਕੱਪੜਾ ਕਾਫੀ ਹੈਗਾ। ਤੇ ਆਹ ਹੈਗਾ ਜੀ ਇਹਦਾ ਬਾਜੂ ਦਾ ਵਰਕ, ਜਰੀ ਵਰਕ ਹੋਇਆ ਹੋਇਆ ਇਹਦੇ ਤੇ ਸਾਰੇ ਤੇ, ਆ ਪੈਨਲ ਵਰਕ ਹੈ ਜਿਹੜਾ ਉਹ ਵੀ ਸਾਰਾ ਜਰੀ ਵਰਕ ਹੈ, ਔਰ ਬਹੁਤ ਜ਼ਿਆਦਾ ਬਰੀਕ ਕੰਮ ਹੋਇਆ ਵੇ, ਬਹੁਤ ਫਾਈਨ ਵਰਕ ਹੈ। ਤੇ ਪ੍ਰਾਈਸ ਰੇਂਜ ਇਹਦੀ ਰਹੂਗੀ 2350 ਰੁਪਏ, ਸਿਰਫ 2350 ਦੇ ਵਿੱਚ। ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ, ਬਹੁਤ ਹੀ ਜ਼ਿਆਦਾ ਫੰਕਸ਼ਨਲ ਸੂਟ ਹੈ, ਜੇ ਦੁਪੱਟਾ ਵਗੈਰਾ ਇਹਦੇ ਨਾਲ ਤੁਸੀਂ ਤਿਆਰ ਕਰਾਓਗੇ ਬਹੁਤ ਪਿਆਰਾ ਲੱਗਣਾ ਇਹ ਸੂਟ ਬਣ ਕੇ। ਸਾਰੇ ਤੁਹਾਨੂੰ ਪੁੱਛਣਗੇ ਕਿ ਤੁਸੀਂ ਕਿੱਥੋਂ ਰੈਡੀ ਕਰਾਇਆ, ਤੇ ਤੁਸੀਂ ਦੱਸਿਓ ਕਿ ਅਸੀਂ ਫਸਟ ਚੋਇਸ ਵਾਲਿਆਂ ਤੋਂ ਰੈਡੀ ਕਰਾਇਆ, ਠੀਕ ਹੈ। ਤੇ ਅਗਲਾ ਜਿਹੜਾ ਸੂਟ ਹੈ ਇਹ ਵੀ ਬਣਿਆ ਹੋਇਆ ਸੈਮੀ ਤੇ, ਤੇ ਕਲਰ ਹੈ ਜਿਹੜਾ ਨਾ ਤਾਂ ਇਹ ਰੈੱਡ ਹੈ ਤੇ ਨਾ ਇਹ ਮੈਰੂਨ ਹੈ, ਬਹੁਤ ਜ਼ਿਆਦਾ ਸੋਹਣਾ ਜਿਹਾ ਸਟੱਫ ਹੈ। ਵਰਕ ਦੀ ਸਫਾਈ ਦੇਖਿਓ ਤੁਸੀਂ, ਹੋਰ ਤਾਂ ਸਾਰੀਆਂ ਗੱਲਾਂ ਬਾਅਦ ਦੀਆਂ, ਲੋ ਸਫਾਈ ਦੇਖੋ ਕਿੰਨੀ ਹੈ। ਤੇ ਇਹ ਨਾ ਕੱਟ ਵਰਕ ਹੋਇਆ ਹੋਇਆ, ਆਹ ਵਾਲੀਆਂ ਚੀਜ਼ਾਂ ਨੇ ਨਾ ਜਿਹੜੀਆਂ ਇਹਦੇ ਵਿੱਚੋਂ, ਆਹਦੇ ਗਲੀਆਂ ਗਲੀਆਂ ਨਿਕਲੀਆਂ ਹੋਈਆਂ ਨੇ, ਦੇਖਦੀਆਂ ਨੇ, ਹਾਂ ਠੀਕ ਹੈ। ਨੈੱਟ ਜਿਹਾ ਬਣਿਆ ਹੋਇਆ ਇੱਕ, ਬਹੁਤ ਪਿਆਰਾ ਲੱਗਦਾ ਕੰਮ, ਇਹ ਸਾਰਾ ਜਰੀ ਨਾਲ ਬਣਿਆ ਹੋਇਆ, ਇਹ ਜਿਹੜਾ ਨੈੱਟ ਬਣਿਆ ਹੋਇਆ ਇਹ ਸਾਰਾ ਜਰੀ ਨਾਲ ਬਣਿਆ ਹੋਇਆ, ਬਹੁਤ ਪਿਆਰਾ ਵਰਕ ਹੋਇਆ ਸਿੰਗਲ ਟਾਂਕੇ ਦਾ ਕੰਮ ਹੈ। ਤੇ ਮੈਂ ਤੁਹਾਨੂੰ ਆਹ ਘੇਰਾ ਨਾਪ ਦਿਆਂਗਾ, ਲਓ ਜੀ ਘੇਰਾ ਹੈਗਾ 23 ਤੱਕ ਰੈਡੀ ਹੈ, ਹਾਂ ਥੋੜ੍ਹਾ ਬਹੁਤਾ ਹੋ ਸਕਦਾ, ਐਡੀ ਗੱਲ ਨਹੀਂ ਆ ਕਿ ਜਮ੍ਹਾਂ ਨਹੀਂ ਹੁੰਦਾ, ਇੱਦਾਂ ਥੋੜ੍ਹਾ ਬਹੁਤਾ ਹੋ ਵੀ ਸਕਦਾ। ਤੇ ਇਹਦਾ ਮੈਂ ਤੁਹਾਨੂੰ ਦਿਖਾ ਦਾਂ ਬਾਜੂ ਦਾ ਵਰਕ, ਲਓ ਜੀ ਇਹ ਹੈ ਇਹਦਾ ਬਾਜੂ ਵਰਕ, ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪਿਆਰਾ ਵਰਕ ਹੋਇਆ ਵਿਆਹ, ਦੇਖੋ ਪਾਣੀ ਵਾਲਾ ਕੀ ਕਹਿੰਦੇ ਨੇ ਇਹਨੂੰ, ਪਾਣੀ ਪਾਣੀ ਜਿਹੇ ਕੁਛ ਕਹਿੰਦੇ ਹੁੰਦੇ, ਬਹੁਤ ਜ਼ਿਆਦਾ ਸ਼ੈਡੋ ਵਰਕ ਪਤਾ ਨਹੀਂ ਕੀ ਹੈ, ਇੱਦਾਂ ਜਿਹੇ ਕੁਛ ਕਹਿੰਦੇ ਆ ਇਹਨੂੰ। ਤੇ ਬਹੁਤ ਜ਼ਿਆਦਾ ਸੋਹਣਾ ਸੂਟ ਆ, ਮੇਰਾ ਜੀ ਕਰਦਾ ਇਹਨੂੰ ਮੈਂ ਤੁਹਾਨੂੰ ਦੁਬਾਰਾ ਦੁਬਾਰਾ ਦਿਖਾਵਾਂ ਇਹ ਸੂਟ ਨੂੰ। ਤੇ ਇਹਦੇ ਨਾਲ ਨਾ ਜੀ ਅਸੀਂ ਦੁਪੱਟਾ ਵੀ ਇਹ ਵਾਲਾ ਲਾਇਆ, ਬਹੁਤ ਪਿਆਰਾ ਲੱਗਦਾ ਇਹ ਦੁਪੱਟਾ ਇਹਦੇ ਨਾਲ ਲੱਗ ਕੇ, ਲਓ ਇਹ ਵਾਲਾ ਇਹਦੇ ਨਾਲ ਲਾਇਆ ਆਪਾਂ ਦੁਪੱਟਾ, ਉਲਟਾ ਦਿਖਾ ਦਿੰਦੇ ਆਹ ਵਾਲੀ ਕੰਨੀ ਮੈਨੂੰ ਲੱਗਦਾ, ਹਾਂ ਇੱਦਾਂ ਹੈ, ਖੋਲ ਦਈਏ ਪੂਰਾ ਫਿਰ ਪਤਾ ਲੱਗੂਗਾ, ਆਹ ਲਓ ਜੀ ਸ਼ੇਡ ਦੇ ਵਿੱਚ ਹੈ, ਹਾਂ ਇਹ ਵਾਲਾ ਦੁਪੱਟਾ ਇਹਦੇ ਨਾਲ ਆਪਾਂ ਲਾਇਆ ਹੈਗਾ, ਸਾਰੇ ਕਲਰ ਇਹਦੇ ਵਿੱਚ ਨੇ, ਆਹ ਵਾਲਾ ਗ੍ਰੀਨ ਹੈ, ਯੈਲੋ ਹੈ, ਔਰ ਫਰੋਜ਼ੀ ਹੈ, ਤੇ ਗੋਲਡਨ ਟੱਚ ਇਹਦੇ ਵਿੱਚ ਹੈਗਾ ਹੀ ਹੈ, ਜਿੱਦਾਂ ਇਸ ਤਰ੍ਹਾਂ ਇਹਦੇ ਵਿੱਚ ਵੀ ਗੋਲਡਨ ਟੱਚ ਹੈ, ਠੀਕ ਹੈ ਜੀ। ਇਹ ਦੁਪੱਟਾ ਇਹਦੇ ਨਾਲ ਆਪਾਂ ਲਾਇਆ, ਬਹੁਤ ਪਿਆਰਾ ਲੱਗਦਾ ਇਹ ਸੂਟ। ਤੇ ਇਹ ਦੁਪੱਟੇ ਦੀ ਪ੍ਰਾਈਸ ਹੈ ਜਿਹੜੀ ਉਹ 1500 ਹੈ, 1500 ਰੁਪਏ, ਪਿਓਰ ਚਨੋਨ ਦਾ ਦੁਪੱਟਾ ਇਹ, ਤੇ ਵਿੱਚ ਇਹਦੇ ਆ ਸਾਰਾ ਗੋਲਡਨ ਜਰੀ ਦਾ ਕੰਮ ਹੈ, ਠੀਕ ਹੈ। ਤੇ ਜਿਹੜਾ ਸੂਟ ਹੈ ਉਹਦੀ ਪ੍ਰਾਈਸ ਹੈਗੀ ਹੈ ਕਿੰਨੀ ਹੈ ਇਹ 2950, ਸੂਟ ਦੀ ਪ੍ਰਾਈਸ 2950 ਹੈ। ਤੇ ਦੁਪੱਟਾ ਜੇ ਤੁਸੀਂ ਲੈਣਾ ਹੈ ਤਾਂ ਇਹ 1500 ਦਾ, ਜੇ ਤੁਸੀਂ ਛੱਡਣਾ ਚਾਹੁੰਦੇ ਹੋ ਤਾਂ ਇਹ ਤੁਸੀਂ ਛੱਡ ਸਕਦੇ ਹੋ, ਇਕੱਲਾ ਸੂਟ ਵੀ ਤੁਸੀਂ ਸਾਡੇ ਤੋਂ ਬਾਏ
ਕਰ ਸਕਦੇ ਹੋ, ਠੀਕ ਹੈ 2950 ਰੁਪਏ ਦੇ ਵਿੱਚ। ਲਓ ਜੀ ਅਗਲਾ ਸੂਟ ਇਹ ਹੈਗਾ ਜੀ, ਆਫਰੀਨ ਸਟੱਫ ਦੇ ਉੱਪਰ ਬਣਿਆ ਹੋਇਆ ਸੂਟ ਹੈ ਤੇ ਇਹ ਸਟੱਫ ਹੈ ਜਿਹੜਾ ਇਹ ਬੜਾ ਮੁਸ਼ਕਿਲ ਮਿਲਦਾ, ਮਿਲਦਾ ਨਹੀਂ ਹੈਗਾ, ਤੁਹਾਨੂੰ ਕਿਤੋਂ ਨਹੀਂ ਮਿਲਣਾ ਇਹ, ਤੁਸੀਂ ਦੇਖ ਲਿਓ ਭਲਾ ਨੂੰ। ਲਓ ਮਸਟਰਡ ਕਲਰ ਹੈ, ਮਸਟਰਡ ਯੈਲੋ ਜਿਹਾ ਬਹੁਤ ਪਿਆਰਾ ਕਲਰ ਹੈ, ਇਹਦੇ ਵਿੱਚ ਤਾਂ ਸ਼ਾਇਦ ਤੁਹਾਨੂੰ ਯੈਲੋ ਦਿਖਦਾ ਹੋਵੇ ਪਰ ਇਹ ਮਸਟਰਡ ਕਲਰ ਹੈ ਔਰ ਵਰਕ ਦੀ ਸਫਾਈ ਤਾਂ ਬਸ ਮੂੰਹੋਂ ਬੋਲਦੀ ਹੈ, ਪੁੱਛੋ ਹੀ ਨਾ ਕਿੰਨੀ ਜ਼ਿਆਦਾ ਸਫਾਈ ਹੈ ਇਹਦੀ। ਅਤੇ ਘੇਰਾ ਹੈਗਾ ਇਹਦਾ 20 ਤੱਕ ਹੈ, ਵੱਧ ਸਕਦਾ ਇਹ, ਇਹ ਕਿਉਂਕਿ ਇਹ ਬਿਲਕੁਲ ਐ ਲੰਬੀ ਲਾਈਨ ਨਹੀਂ ਹੈਗੀ ਤੇ ਇਹ ਇੱਥੇ ਤੱਕ ਵੀ ਤੁਸੀਂ ਐਵੇਂ 22 ਤੱਕ ਵੀ ਲਿਜਾ ਸਕਦੇ ਹੋ, ਠੀਕ ਹੈ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਕਿੱਥੇ ਤੱਕ ਇਹਨੂੰ ਰੱਖਣਾ ਚਾਹੁੰਦੇ ਹੋ। ਤੇ ਇਹ ਹੋਇਆ ਹੋਇਆ ਜੀ ਸਾਰਾ ਜ਼ਰੀ ਵਰਕ, ਇਹ ਵਾਲਾ ਗੋਲਡਨ ਗੋਲਡਨ ਜਿਹੜਾ ਤੁਹਾਨੂੰ ਦਿਖ ਰਿਹਾ ਇਹਦੇ ਵਿੱਚ, ਹਾਂ ਜ਼ਿਆਦਾ ਯੈਲੋ ਨਹੀਂ ਹੈ ਕਿਉਂਕਿ ਮਸਟਰਡ ਕਲਰ ਹੀ ਪਹਿਲਾਂ ਆਪ ਸੀਗੇ ਸੂਟ ਦਾ। ਤੇ ਨੈਕਸਟ ਹੈਗਾ ਇਹਦਾ ਬਾਜੂ ਦਾ ਵਰਕ, ਹਾਂ ਇਹ ਹੈਗਾ ਜੀ ਬਾਜੂ ਤੇ ਵਰਕ, ਵਰਕ ਦੀ ਸਫਾਈ 'ਚ ਤੁਹਾਨੂੰ ਕਮੀ ਨਹੀਂ ਮਿਲੂਗੀ, ਬਸ ਕੋਈ ਸ਼ਿਕਾਇਤ ਨਹੀਂ ਮਿਲੂਗੀ। ਅਤੇ ਪ੍ਰਾਈਸ ਰੇਂਜ ਰਹੂਗੀ ਇਹ ਸੋਹਣੇ ਜਿਹੇ ਸੂਟ ਦੀ 2300 ਰੁਪਏ, 2300 ਦੇ ਵਿੱਚ ਇਹ ਬਹੁਤ ਪਿਆਰਾ ਜਿਹਾ ਸੂਟ ਤੁਹਾਨੂੰ ਮਿਲ ਜਾਣਾ, ਫੰਕਸ਼ਨਲ ਸੂਟ ਹੈ ਜੀ ਕਿਉਂਕਿ ਸਟੱਫ ਹੈ ਜਿਹੜਾ ਉਹ ਬਹੁਤ ਸੋਹਣਾ ਸ਼ਾਈਨ ਕਰਦਾ ਹੈ ਔਰ ਚੈੱਕ ਦੇ ਵਿੱਚ ਬਣਿਆ ਹੋਇਆ ਇਹ ਜਿਹੜਾ ਇਹ ਸਟੱਫ ਹੈ। ਲਓ ਜੀ ਮੈਂ ਨਾ ਜੀ ਜਦੋਂ ਇਹ ਸੂਟ ਕਾਰੀਗਰ ਤੋਂ ਲੈਣ ਗਈ ਸੀ ਤੇ ਮੈਂ ਜਦੋਂ ਕਿਹਾ ਮੈਂ ਲਿਆ ਸਾਡੇ ਸੂਟ, ਕਹਿੰਦੇ ਜੀ ਤੁਹਾਡੇ ਸੂਟ ਤਾਂ ਅਸੀਂ ਅਲੱਗ ਹੀ ਰੱਖੇ ਹੋਏ ਨੇ, ਵੀ ਆਹ ਵਾਲਾ ਸਟੱਫ ਹੈ ਜਿਹੜਾ ਇਹ ਕਹਿੰਦੇ ਕਿਤੋਂ ਨਹੀਂ ਮਿਲਦਾ ਹੈਗਾ, ਜੇ ਕਹਿੰਦੇ ਅਸੀਂ ਤਾਂ ਅਲੱਗ ਰੱਖੇ ਨੇ, ਕਹਿੰਦੇ ਵੀ ਜੇ ਕਸਟਮਰ ਆ ਜਾਂਦਾ ਨਾ ਉਹ ਇਹੀ ਮੰਗਣ ਲੱਗ ਜਾਂਦਾ ਕਿ ਸਾਨੂੰ ਤਾਂ ਇਹੀ ਸਟੱਫ ਚਾਹੀਦਾ ਔਰ ਇਹ ਸਟੱਫ ਸਾਨੂੰ ਕਿਤੋਂ ਮਿਲ ਨਹੀਂ ਰਿਹਾ। ਸੋ ਇਹ ਤਾਂ ਜਿਹੜਾ ਸੂਟ ਸੀਗਾ ਇਹ ਆਪਣਾ ਇਹ ਸੂਟ ਕਰਕੇ ਸਾਰੇ ਸੂਟ ਆਪਣੇ ਪਾਸੇ ਰੱਖੇ ਹੋਏ ਸੀ। ਲਓ ਜੀ ਇਸੇ ਸਟੱਫ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਦਿਖਾਉਣੀ ਹਾਂ, ਉਹ ਵੀ ਬਹੁਤ ਸੋਹਣਾ ਸੂਟ ਹੈ, ਲਓ ਡਾਰਕ ਪਰਪਲ, ਇਹ ਲਓ ਡਾਰਕ ਪਰਪਲ ਕਲਰ ਦੇ ਵਿੱਚ ਇਹ ਸੂਟ ਬਣਿਆ ਹੋਇਆ ਆਫਰੀਨ ਸਟੱਫ ਦੇ ਉੱਪਰ ਬਣਿਆ ਹੋਇਆ ਔਰ ਇਹ ਹੋਇਆ ਜੀ ਇਹਦੇ ਵਿੱਚ ਕੱਟ ਵਰਕ, ਆ ਦੇਖੋ ਨੈੱਟ ਤੁਹਾਨੂੰ ਦਿਖੂਗਾ ਮੈਂ ਨੀਚੇ ਹੱਥ ਰੱਖਦੀ ਹਾਂ, ਠੀਕ ਹੈ ਆਹ ਨੈੱਟ ਬਣਿਆ ਹੋਇਆ ਇਹਦੇ ਵਿੱਚ ਪੂਰਾ ਵਧੀਆ, ਆਹ ਕੱਟ ਵਰਕ ਹੋਇਆ ਵੇ ਅਤੇ ਬਹੁਤ ਸੋਹਣਾ ਕੰਮ ਹੋਇਆ ਵੇ ਜਰੀ ਦਾ ਥਰੈਡ ਦਾ ਔਰ ਕੱਟ ਵਰਕ, ਠੀਕ ਹੈ ਜੀ। ਅਤੇ ਹੁਣ ਦਿਖਾ ਦਿਆਂ ਤੁਹਾਨੂੰ ਮੈਂ ਇਹਦੀ ਬਾਜੂ, ਆ ਲਓ ਬਾਜੂ 'ਤੇ ਵੀ ਉੱਦਾਂ ਹੀ ਕੱਟ ਵਰਕ ਹੋਇਆ ਵੇ, ਬਹੁਤ ਸੋਹਣਾ ਫੁੱਲ ਬਣਿਆ ਹੋਇਆ। ਲਓ ਜੀ ਇਹ ਹੈਗਾ ਆਫਰੀਨ ਅਤੇ ਡਾਰਕ ਪਰਪਲ ਕਲਰ, ਪ੍ਰਾਈਸ ਰੇਂਜ ਇਹਦੀ ਹੈਗੀ ਹੈ 2650। ਹੁਣ ਤੁਸੀਂ ਪ੍ਰਾਈਸ ਵੱਲ ਧਿਆਨ ਨਾ ਦਿਓ, ਹੁਣ ਤੁਸੀਂ ਸਾਡਾ ਕੰਮ ਦੇਖਿਓ ਬਸ, ਠੀਕ ਹੈ ਫਿਰ ਵੀ ਪ੍ਰਾਈਸ ਹੈ ਜਿਹੜੀ ਸਾਡੀ ਬਹੁਤ ਜੈਨੂਅਨ ਰਹੂਗੀ। ਲਓ ਜੀ ਅਗਲਾ ਜਿਹੜਾ ਸੂਟ ਦਿਖਾਉਂਗੀ ਮੈਂ ਤੁਹਾਨੂੰ ਉਹ ਵੀ ਹੈਗਾ ਆਰੀ ਵਰਕ ਦਾ ਸੂਟ ਹੈ, ਇਹਦੇ ਵਿੱਚ ਜੀ ਇਹ ਤਾਂ ਹੈਗਾ ਸ਼ਰਟ ਔਰ ਇਹ ਹੈਗੀ ਹੈ ਇਹਦੀ ਕੌਫੀ ਕਲਰ ਦੀ ਸਲਵਾਰ, ਠੀਕ ਹੈ ਸ਼ਰਟ ਦਿਖਾਉਣੀ ਹੈ ਤੁਹਾਨੂੰ ਪੀਚ ਕਲਰ ਦਾ ਸੈਮੀ ਅਤੇ ਸੈਮੀ ਕਰੇਪ ਦੀ ਸਲਵਾਰ ਔਰ ਸੈਮੀ ਕਰੇਪ ਦਾ ਜੀ ਸ਼ਰਟ ਮਿਲੂਗਾ ਤੁਹਾਨੂੰ, ਸ਼ਰਟ ਦੇ ਉੱਪਰ ਕਾਫੀ ਜ਼ਿਆਦਾ ਜਰੀ ਵਰਕ ਹੋਇਆ ਵਿਆ ਦੇਖੋ, ਅਤੇ ਇਹਦੇ ਵਿੱਚ ਵਿੱਚ ਆਹ ਸਲਵਾਰ ਨਾਲ ਦਾ ਥਰੈਡ ਵਰਕ ਹੋਇਆ, ਬਹੁਤ ਪਿਆਰਾ ਜਰੀ ਵਰਕ ਹੋਇਆ, ਸਾਰਾ ਆਰੀ ਵਰਕ ਹੈ, ਬਹੁਤ ਬਰੀਕ ਕੰਮ ਹੋਇਆ ਵਿਆ ਆਰੀ ਦਾ।
ਠੀਕ ਹੈ ਜੀ। ਆਹ ਹੈਗਾ ਇਹਦਾ ਬਾਜੂ ਤੇ ਪ੍ਰਾਈਸ ਰੇਂਜ ਇਹ ਸੋਹਣੇ ਜਿਹੇ ਸੂਟ ਦੀ ਰਹੂਗੀ 1800 ਰੁਪਏ। 1800 ਦੇ ਵਿੱਚ ਸ਼ਿਪਿੰਗ ਫ੍ਰੀ ਸੂਟ ਜਿਹੜਾ ਤੁਹਾਡੇ ਘਰ ਪਹੁੰਚ ਜਾਣਾ ਤੇ ਸ਼ਿਪਿੰਗ ਤੁਸੀਂ ਕੋਈ ਨਹੀਂ ਦੇਣੀ। ਲਓ ਜੀ ਅਗਲਾ ਸੂਟ ਹੈ ਜਿਹੜਾ ਇੱਕ ਬਹੁਤ ਸੋਹਣਾ ਜਿਹਾ ਸਟੱਫ ਹੈ, ਸ਼ਿਮਰ ਵਾਂਗੂ ਲੱਗਦਾ ਇਹ, ਸ਼ਾਈਨ ਕਰਦਾ ਤੇ ਲਾਈਟ ਵੇਟ ਜਿਹਾ ਸਟੱਫ ਹੈ, ਬਹੁਤ ਜ਼ਿਆਦਾ ਪਿਆਰਾ ਸਟੱਫ ਹੈ। ਤੇ ਇਹ ਸੂਟ ਹੈ ਜਿਹੜਾ ਇਹ ਹੈਗੀ ਹੈ ਜੀ ਬਾਜੂ ਵਰਕ। ਆਹ ਜਿਹੜਾ ਤੁਹਾਨੂੰ ਥੱਲੇ ਦਿਖ ਰਿਹਾ ਨਾ ਆਹ ਵਾਲਾ ਲੱਗਦਾ ਹੈ ਜਿਵੇਂ ਲੇਸ ਲੱਗੀ ਹੋਵੇ ਪਰ ਇਹ ਵਰਕ ਕੀਤਾ ਹੋਇਆ। ਇਹ ਹੈਗਾ ਜੀ ਇਹਦਾ ਸਲਵਾਰ ਦਾ ਵਰਕ ਔਰ ਇਹ ਹੈਗਾ ਇਹਦਾ ਬਾਜੂ ਦਾ ਵਰਕ, ਠੀਕ ਹੈ। ਤੇ ਹੁਣ ਆਪਾਂ ਤੁਹਾਨੂੰ ਇਹਦਾ ਫਰੰਟ ਦਿਖਾਉਣੀ ਹੈ ਸ਼ਰਟ ਦਾ। ਇਹ ਤਾਂ ਆਪਾਂ ਪਤਾ ਨਹੀਂ ਕਿੰਨੇ ਕੁ ਸੂਟ ਬਣਾ ਲਏ। ਲਓ ਇਹ ਹੈਗਾ ਇਹਦਾ ਫਰੰਟ ਵਰਕ, ਠੀਕ ਹੈ। ਸਾਰਾ ਫਰੰਟ ਹੈ ਜਿਹੜਾ ਉਹ ਇੱਦਾਂ ਹੀ ਉੱਪਰ ਤੱਕ ਭਰਿਆ ਹੋਇਆ ਤੇ ਘੇਰਾ ਮੈਂ ਤੁਹਾਨੂੰ ਇਹਦਾ ਨਾਪ ਦਿੰਦੀ ਹਾਂ। ਘੇਰੇ ਦਾ ਇਹਦਾ ਵੀ ਕੋਈ ਚੱਕਰ ਨਹੀਂ, ਵੱਧ ਘੱਟ ਜਾਣਾ ਨਹੀਂ, ਵੱਧ ਘੱਟ ਨਹੀਂ, ਘੱਟ ਹੋ ਸਕਦਾ ਜ਼ਿਆਦਾ ਨਹੀਂ ਹੋ ਸਕਦਾ। ਪੌਣੇ ਕੁ 23 ਹੈ ਜੀ ਇਹਦਾ ਘੇਰਾ, ਤੁਸੀਂ ਘੱਟ ਵੱਡੇ ਦੀ ਕਰ ਸਕਦੇ ਹੋ, ਜੇ ਛੋਟਾ ਰੱਖਣਾ ਹੋਵੇ ਤਾਂ ਸਾਈਡਾਂ ਤੋਂ ਕੱਟਿਆ ਜਾ ਸਕਦਾ। ਤੇ ਕਲਰ ਸ਼ਾਇਦ ਤੁਸੀਂ ਸਹੀ ਦੇਖ ਰਹੇ ਹੋਵੋਗੇ, ਬਹੁਤ ਪਿਆਰਾ ਜਿਹਾ ਕਲਰ ਔਰ ਸਟੱਫ ਬਹੁਤ ਸੋਹਣਾ। ਤੇ ਪ੍ਰਾਈਸ ਰੇਂਜ ਇਹ ਸੋਹਣੇ ਜਿਹੇ ਸੂਟ ਦੀ ਰਹੂਗੀ 2550 ਰੁਪਏ। 2550 ਦੇ ਵਿੱਚ ਬਹੁਤ ਪਿਆਰਾ ਜਿਹਾ ਸੂਟ ਹੈ ਜਿਹੜਾ ਉਹ ਤੁਹਾਨੂੰ ਮਿਲ ਜਾਣਾ, ਵਰਕ ਬਹੁਤ ਹੋਇਆ ਹੋਇਆ ਇਹਦੇ 'ਤੇ, ਸ਼ਿਪਿੰਗ ਤੁਸੀਂ ਕੋਈ ਨਹੀਂ ਦੇਣੀ, ਠੀਕ ਹੈ ਜੀ। ਲਓ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ, ਉਮੀਦ ਹੈ ਤੁਹਾਨੂੰ ਪਸੰਦ ਆਈ ਹੋਊਗੀ। ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਅਤੇ ਕਮੈਂਟ ਕਰਕੇ ਦੱਸਦੇ ਰਿਹਾ ਕਰੋ, ਵੈਸੇ ਤੁਸੀਂ ਕਮੈਂਟ ਹੁਣ ਕਾਫੀ ਜ਼ਿਆਦਾ ਕਰਦੇ ਹੋ, ਥੈਂਕ ਯੂ ਸੋ ਮੱਚ। ਚਲੋ ਫਿਰ ਮਿਲਾਂਗੇ ਕਿਸੇ ਸੋਹਣੀ ਜਿਹੀ ਵੀਡੀਓ ਦੇ ਨਾਲ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।